हाँ जी सत श्री अकाल नमस्कार ते अस्सलाम वालेकुम किदा मुंडो ठीक हो होप तुसी सारे ठीक होवोगे भाई ते आपां जिदा तुसी देख सकदे आ लैके आंदी अज तुहाडे लई एक नवी गेम GTA 6 नहीं ए गेम दा नां हैगा मुंडो देखदे आ किने किने बुझया इहदा नां जल्दी जल्दी दसो मैनू ते आ गेम देखो भाई ओए हाय 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 वेलकम 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 ਆਪਾਂ ਫਿਰਦੇ ਆ ਮੁੰਡੇ ਇਸ ਟਾਈਮ ਦੇਖੋ ਤੁਸੀਂ ਇਧਰ ਆਵਾ ਸ਼ੇਖਾਂ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਕਿੱਥੇ ਫਿਰਦੇ ਆ ਆਪਾਂ ਓਏ ਹੋਏ ਹੋਏ ਲਓ ਭਈਆ ਸ਼ੇਖ ਕੋਲ ਖੜ ਕੇ ਇਹ ਤਾਂ ਪੁੱਛਦਾ ਪਿੰਡ ਜੱਟ ਜੱਟ ਕਹਿੰਦੇ ਤੇ ਡਬਈ ਜਾ ਕੇ ਸ਼ੇਖ ਤੇ ਜਿੱਦਾਂ ਤੁਸੀਂ ਦੇਖ ਸਕਦੇ ਮੁੰਡੇ ਆਪਾਂ ਇਸ ਟਾਈਮ ਫਿਰਦੇ ਆ ਡਬਈ ਤੇ ਆਪਣੇ ਬੰਦੇ ਦਾ ਨਾਂ ਹੈਗਾ 47 ਮਤਲਬ ਆਪਣੇ ਬੰਦੇ ਦਾ ਨਾਂ ਆਪਣੇ ਜਿਹੜੀ ਗੈਂਗ ਆਪਣੀ ਛੋਟੀ ਜੀ ਮਤਲਬ ਇਹ 'ਚ ਕਹਿ ਸਕਦੇ ਹਾਂ ਆਪਣਾ ਜਿਹੜਾ ਕਰਿਊ ਆ ਉਹਦਾ ਨਾਂ ਹੈਗਾ 47 ਆਪਣਾ ਬੰਦਾ ਜੋ ਮਰਜ਼ੀ ਲਾ ਲਓ ਤੁਸੀਂ ਅਤੇ ਇਹ 'ਚ ਆਪਣਾ ਨੂੰ ਬਾਈ ਦੋ ਮਿਸ਼ਨ ਦਿੱਤੇ ਆ ਇਹਨਾਂ ਨੇ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੇਮ ਦਾ ਨਾਂ ਦੱਸਿਆ ਨਹੀਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਇਧਰ ਦੇਖੋ ਇਹ ਗੇਮ ਦਾ ਨਾਂ ਹੈਗਾ ਹਿਟਮੈਨ 3 ਬਾਈ ਅਤੇ ਇਹ 'ਚ ਹੁਣ ਆਪਣੇ ਦੋ ਮਿਸ਼ਨ ਆ ਜਿੱਦਾਂ ਤੁਹਾਨੂੰ ਪਤਾ ਜਿਨ੍ਹਾਂ ਨੇ ਹਿਟਮੈਨ ਖੇਡੀ ਆ ਮੈਂ ਤਾਂ ਪਹਿਲਾਂ ਕਦੇ ਖੇਡੀ ਨਹੀਂ ਐਵੇਂ ਤੁਹਾਨੂੰ ਕਹਿ ਦਾਂ ਮੈਂ ਦੇਖੀ ਜ਼ਰੂਰ ਆ ਗੇਮ ਪਲੇ ਦੇਖੀਆਂ ਜ਼ਰੂਰ ਆ ਪਰ ਇਹ 'ਚ ਆਪਾਂ ਬੰਦੇ ਮਾਰਨੇ ਹੁੰਦੇ ਬਾਈ ਮਤਲਬ ਆਪਣੇ ਦੋ ਟਾਰਗੇਟ ਅੱਜ ਦੇ ਦੋ ਬੰਦਿਆਂ ਨੂੰ ਚੱਕਣਾ ਗਾ ਇਹਨਾਂ ਬੋਡੀਗਾਰਡਾਂ ਤੋਂ ਇਹਨਾਂ ਸਾਰਿਆਂ ਤੋਂ ਬਚ ਕੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਸੋ ਜਿੱਦਾਂ ਤੁਸੀਂ ਦੇਖ ਸਕਦੇ ਆ ਆਪਾਂ ਡਬਈ ਦੀ ਪੂਰੀ ਵੱਡੀ ਓਏ ਹੋਏ 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 ਓਏ ਮਿਸ਼ਨ ਤਾਂ ਚੱਲ ਬਾਅਦ 'ਚੋਂ ਕਰਾ ਲਾਂਗੇ ਆਪਾਂ ਕੀ ਨਹੀਂ ਮਿਸ਼ਨ ਕਰਾਵਾਂਗੇ ਬਾਈ ਲਿਸਨ ਆਈ ਵਾਂਟ ਟੂ ਟਾਕ ਟੂ ਦ ਪਾਰਟਨਰਸ ਡਾਇਰੈਕਟ ਤਾਂ ਇਦਾਂ ਹੀ ਆ ਪਰ ਤੁਸੀਂ ਆਹ ਦੇਖੋ ਮੁੰਡਿਓ ਗੇਮ ਦੇਖੋ ਤੁਸੀਂ ਡਿਟੇਲ ਦੇਖੋ ਇਹਦੀ ਜਾਣੇ ਆ ਭਾਈ ਅੰਦਰ ਹੀ ਜਾਣੇ ਆ There's a server room near the Sheikh's personal reception. If you can gain access to it, you might be able to recover useful intel from it. You'll have to work together. ਚੱਕਣ ਤੋਂ ਪਹਿਲਾਂ ਮੈਂ ਤਾਂ ਬਾਈ ਯਾਰ ਆ ਬਿਲਡਿੰਗ ਨੂੰ ਦੇਖ ਕੇ ਮੈਂ ਤਾਂ ਹੈਰਾਨ ਹੋ ਗਿਆ ਬੱਲੇ ਯਾਰ ਤੁਹਾਨੂੰ ਦਿਖਾਉਂਦੇ ਆ ਬਾਅਦ ਚ F1 ਕੀ ਕਰੀ ਜਾਂਦੇ ਐਂਟਰ ਤੇ ਮੈਨੂੰ ਕਮੈਂਟ ਕਰਕੇ ਬਾਈ ਜ਼ਰੂਰ ਦੱਸਿਓ ਕਿ ਤੁਹਾਡੇ ਚੋਂ ਕਿਸੇ ਨੇ ਇਹ ਮਤਲਬ ਕੀਤਾ ਕਿ ਨਹੀਂ ਖੇਡੀ ਕਿ ਨਹੀਂ ਇਹ ਗੇਮ ਬਾਈ ਇੱਥੇ ਨਾ ਆਪਾਂ ਜਿੱਦਾਂ ਮੇਰਾ ਦੇਖਿਆ ਸੀ ਆਪਾਂ ਬੋਡੀਗਾਰਡ ਨੂੰ ਮਾਰਨਾ ਇਹਨੂੰ ਰੋਜ਼ਾ ਤੈਨੂੰ ਕਰੋਨਾ ਗੁੱਡ ਵਨ ਇਹ ਹਾਂ ਸਿਲੈਕਟ ਕਰਕੇ ਨਾ ਇਹ ਵੀ ਮੈਂ ਤੁਹਾਨੂੰ ਦੱਸਦਾ ਇਹਨੂੰ ਕਿਉਂ ਮਾਰਿਆ ਆਪਾਂ ਇਹਨੂੰ ਆਪਾਂ ਬਾਰੀ 'ਚ ਰੱਖ ਦਿੰਦੇ ਹਾਂ ਕਿਉਂਕਿ ਮੈਂ ਸਿੱਖੀ ਹੈ ਗੇਮ ਕਿਉਂਕਿ ਜੇ ਮੈਂ ਇਹ ਬਾਈ ਗੇਮ ਪਲੇ ਦੀ ਇੱਦਾਂ ਹੀ ਵੀਡੀਓ ਬਣਾਉਣ ਲੱਗ ਜਾਂਦਾ ਨਾ ਮੈਨੂੰ 2 ਸਾਲ ਲੱਗ ਜਾਣੇ ਸੀ ਇੰਨੇ ਔਖੇ ਮਿਸ਼ਨ ਇਹ 'ਚ ਅਤੇ ਹੁਣ ਜਿੱਦਾਂ ਤੁਸੀਂ ਦੇਖ ਹੀ ਲਿਆ ਆਪਾਂ ਬੋਡੀਗਾਰਡ ਇਹਨਾਂ ਦਾ ਮਾਰ ਕੇ ਨਾ ਇੱਕ ਆਪਾਂ ਉਹਦੇ ਕੱਪੜੇ ਪਾ ਲਏ ਪਿਸਤੌਲ ਵਿੱਚ ਪਾ ਲਏ ਅਤੇ ਹੁਣ ਆਹ ਦੇਖੋ ਹੁਣ ਇਹਨਾਂ ਨੇ ਆਪਣੇ ਨੂੰ ਕੁਛ ਨਹੀਂ ਕਹਿਣਾ ਮਤਲਬ ਇਹਨਾਂ ਨੂੰ ਆਪਾਂ ਮਾਰ ਤਾਂ ਸਕਦੇ ਹਾਂ ਪਰ ਇਹਨਾਂ ਨੇ ਕੁਛ ਨਹੀਂ ਕਹਿਣਾ ਅਤੇ ਹੁਣ ਆਪਾਂ ਨਾ ਇੱਥੋਂ ਸਿਕਿਉਰਟੀ ਗਾਰਡ ਦੀ ਨੌਕਰੀ ਲੈਣੀ ਬਾਈ I got word that he entered the building but he hasn't reported for duty yet. ਮਤਲਬ he's still down at the depot. ਉਹ ਕਹਿੰਦੇ ਆ getting his uniform. I just hope he's got his papers with him. I heard rumors that he used to work for that Dawood Rangan, you know, the Bollywood producer who died. Doesn't sound promising. Bollywood producer? Nope. ਮੈਨੂੰ ਲੱਗਦਾ ਬਈ ਹਿਟਮੈਨ 2 ਦੀਆਂ ਗੱਲਾਂ ਕਰਦੇ ਪਏ ਆ। ਪਰ ਹਿਟਮੈਨ 2 ਆ ਜਿਹੜੀ ਉਹ ਤਾਂ ਤੁਹਾਨੂੰ ਪਤਾ ਹੀ ਆ। ਲਓ ਕੀ ਕਹਿੰਦੇ ਆਪਣੇ ਨੂੰ ਕੀ ਲੱਭਣਾ ਪੈਣਾ ਸਟਾਈਲ ਸਿਟੀ ਇਸ ਐਕਸਪੈਕਟਿੰਗ ਅ ਰਿਪਲੇਸਮੈਂਟ ਗਾਰਡ ਲੋਕੇਟ ਹਿਮ ਇਫ ਯੂ ਕੈਨ ਲੋਕੇਟ ਹਿਮ ਲਓ ਬਾਈ ਹੁਣ ਸਮਝ ਲੱਗੀ ਆ ਰੁਕ ਜਾਓ ਬਾਈ ਤੁਹਾਨੂੰ ਸਮਝਾ ਦਈਏ ਯਾਰ ਕਿਉਂਕਿ ਮੈਂ ਇਦਾਂ ਹੀ ਚੱਲੀ ਜਾਂਦਾ ਮਿਸ਼ਨ ਕਰਾਈ ਜਾਂਦਾ ਬੰਦੇ ਮਾਰੀ ਜਾਂਦਾ ਤੁਹਾਨੂੰ ਦੱਸਦਾ ਆਪਣੇ ਜਿਹੜੇ 2 ਮਿਸ਼ਨ ਆ ਬਾਈ ਉਹ 2 ਬੰਦੇ ਮਾਰਨੇ ਉੱਪਰ ਲੈਫਟ ਸਾਈਡ ਤੇ ਇੱਕ ਦਾ ਨਾਂ ਹੈਗਾ ਕਾਰਲ ਇੱਕ ਦਾ ਨਾਂ ਹੈਗਾ ਮਾਰਕੋਸ ਤੇ ਇਹ ਗੇਮ ਇਦਾਂ ਨਹੀਂ ਕਿ ਜਾ ਕੇ ਬੰਦੇ ਮਾਰ ਦਿਓ ਬਸ ਦੈਟਸ ਇਟ ਇਹ 'ਚ ਬਾਈ ਲੋਕ ਲੋਕ ਕੇ ਬੰਦੇ ਮਾਰਨੇ ਪੈਂਦੇ ਆ ਅਤੇ ਹੁਣ ਆਪਾਂ ਇੱਕ ਬੰਦੇ ਦਾ ਕਮਰਾ ਲੱਭਣਾ ਗਾ ਜਿਹਦੀ ਯੂਨੀਫਾਰਮ ਗੁੰਮ ਹੋਈ ਪਈ ਆ ਅਤੇ ਹੁਣ ਇਹ ਆਪਣੇ ਨੂੰ ਉੱਥੇ ਜਾਣ ਨੂੰ ਕਹਿੰਦੇ ਆ 25 ਮੀਟਰ ਦੀ ਦੂਰੀ 'ਤੇ ਅਤੇ ਉੱਥੇ ਆ ਕੇ ਪਤਾ ਨਹੀਂ ਆਪਾਂ ਕੀ ਕਰਨਾ ਚਲੋ ਦੇਖਦੇ ਹਾਂ ਇੱਧਰ ਹੀ ਆ ਨਾ ਬੱਲੇ ਬੱਲੇ ਰਸੋਈ 'ਚ ਆ ਗਏ ਆਪਾਂ ਤੁਹਾਨੂੰ ਇਹ ਪਹਿਲਾਂ ਦੱਸ ਦਈਏ ਬਾਈ ਇਹ ਗੇਮ ਆਪਾਂ ਪਹਿਲਾਂ ਨਹੀਂ ਖੇਡੀ ਆਉਂਦੇ ਬੱਲੇ 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 ਆ ਰਿਹਾ ਉਹ ਬੰਦਾ ਬਾਈ ਇਹਨਾਂ ਦੋਵਾਂ ਨੂੰ ਮਾਰ ਕੇ ਆਪਾਂ ਉਹ ਚੱਕਣਾ ਜੇ ਇੱਦਾਂ ਚੱਕ ਲਿਆ ਫਿਰ ਇਹਨਾਂ ਨੂੰ ਪਤਾ ਲੱਗ ਜੂ ਮਤਲਬ ਹਿਟਮੈਨ ਦਾ ਕੰਮ ਹੀ ਇੱਦਾਂ ਕਰੋ ਓਏ ਮਾਮਾ ਬਾਹਰ ਨਿਕਲ ਕਿੱਧਰ ਪੈ ਗਿਆ ਤੂੰ ਸ਼ਾਬਾਸ਼
ਆ ਦਰਵਾਜ਼ੇ ਬੰਦ ਕਰੀਏ ਪਸਤੌਲ ਨਾਲ ਚੱਕ ਦੀਏ ਬਈ ਦੋਵਾਂ ਪਤਾ ਤਾਂ ਨਹੀਂ ਲੱਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਅਸਲ 'ਚ ਬਈ ਆਹ ਜਿਹੜਾ ਬੋਡੀਗਾਰਡ ਆ ਇਹਦਾ ਕੰਮ ਆਪਾਂ ਹੁਣ ਕਰਨਾ ਗਾ ਮਤਲਬ ਜਿਹੜੀ ਨੌਕਰੀ 'ਤੇ ਆ ਬੋਡੀਗਾਰਡ ਆਇਆ ਸੀ ਨਾ ਇਹਦਾ ਕੰਮ ਕਰਨਾ ਆਪਾਂ ਜਲਦੀ ਜਲਦੀ ਇਹਨੂੰ ਵੀ ਵਿੱਚ ਪਾ ਦਈਏ ਕਿਉਂਕਿ ਤੁਹਾਨੂੰ ਹੌਲੀ ਹੌਲੀ ਸਮਝ ਲੱਗੂਗੀ ਗੇਮ ਦੀ ਮੈਨੂੰ ਵੀ 2-3 ਲੱਗ ਗਏ ਸਮਝਣ ਨੂੰ ਅਤੇ 2 ਦਿਨਾਂ ਬਾਅਦ ਹੁਣ ਜਾ ਕੇ ਮੈਨੂੰ ਪਤਾ ਲੱਗਿਆ ਮਿਸ਼ਨ ਦਾ ਜੋ ਕਿ ਮੈਂ ਹੁਣ ਤੁਹਾਡੇ ਨਾਲ ਕਰਦਾ ਪਿਆ ਮਤਲਬ ਹੁਣ ਆਪਾਂ 2 ਬੰਦੇ ਇੱਥੋਂ ਚੱਕਤੇ ਆ ਅਤੇ ਆਹ ਵਾਲਾ ਜਿਹੜਾ ਕੰਟਰੈਕਟ ਆ ਇਹ ਕੰਟਰੈਕਟ ਚੱਕ ਕੇ ਗੰਨ ਵਿੱਚ ਪਾਓ ਇਹ ਆਪਾਂ ਉਹਨਾਂ ਨੂੰ ਦਿਖਾ ਕੇ ਆਉਣਾ ਹੁਣ ਕੀ ਨਾਂ ਸੀ ਉਹਦਾ ਕਿੱਧਰ ਦੀ ਆਏ ਸੀ ਆਪਾਂ ਕਿੱਧਰ ਦੀ ਆਏ ਸੀ ਇੱਕ ਇਹ 'ਚ ਬੰਦਾ ਵਾਰ ਵਾਰ ਭੁੱਲ ਜਾਂਦਾ ਯਾਰ ਨਹੀਂ ਨਹੀਂ ਮੈਨੂੰ ਲੱਗਦਾ ਥੱਲੇ ਦੀ ਆਏ ਸੀ ਇੱਥੋਂ ਦੀ ਆਏ ਸੀ ਨਹੀਂ ਤਾਂ ਚੇਂਜਿੰਗ ਰੂਮ ਆ ਇੱਧਰ ਦੀ ਆਏ ਸੀ ਨਾ ਬਈ ਆਹੋ ਇੱਧਰ ਦੀ ਆਏ ਸੀ ਪੌੜੀਆਂ ਲੱਭੋ ਆ ਰਹੀਆਂ ਮਤਲਬ ਆਹ ਗੇਮ 'ਚ ਬਾਈ ਇੱਦਾਂ ਹੁੰਦਾ ਤੁਹਾਨੂੰ ਹੁਣ ਮੈਂ ਪਿਆਰ ਨਾਲ ਸਮਝਾਉਂਦਾ ਮਤਲਬ ਹੁਣ ਆਪਾਂ ਤੁਹਾਨੂੰ ਸਮਝਾਉਂਦੇ ਹਾਂ ਇਹ 'ਚ ਜਿਹੜੇ ਮਿਸ਼ਨ ਹੁੰਦੇ ਆ ਇਹ 'ਚ ਮਿਸ਼ਨ ਇੰਨੇ ਤਰ੍ਹਾਂ ਨਾਲ ਬੰਦਾ ਕਰ ਸਕਦਾ ਆਪਣੀ ਮਰਜ਼ੀ ਨਾਲ ਆਪਣੇ ਦਿਮਾਗ ਨਾਲ ਨਾ ਅਤੇ ਮਤਲਬ ਇਹ ਗੇਮ ਹੀ ਉਹਨਾਂ ਨੇ ਇਹੋ ਜਿਹੀ ਬਣਾਈ ਆ ਮਤਲਬ ਜਿੱਦਾਂ ਉਹ ਬੋਡੀ ਗਾਰਡ ਖੜਾ ਇਹਨੂੰ ਆਪਾਂ ਕੁਛ ਹੋਰ ਵੀ ਕਰ ਸਕਦੇ ਹਾਂ ਇੱਧਰ ਸਿੱਕਾ ਸੱਟ ਕੇ ਇਹਨੂੰ ਇੱਧਰ ਸੱਦ ਕੇ ਇਹਨੂੰ ਮਾਰ ਸਕਦੇ ਹਾਂ ਜਿਹਨੂੰ ਸ਼ੱਕ ਸ਼ੁੱਕ ਹੋਊਗਾ ਪਰ ਇਹ ਆਪਣੇ ਕੋਲ ਕੀ ਕਰਨਾ ਹੁੰਦਾ ਪਤਾ ਨਹੀਂ ਮਤਲਬ ਇਹ 'ਚ ਮਿਸ਼ਨ ਬੰਦਾ ਆਪਣੇ ਆਪ ਬਣਾ ਕੇ ਨਾ ਆਪਣੇ ਦਿਮਾਗ ਨਾਲ ਆਪ ਹੀ ਕਰਾ ਸਕਦਾ ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਸਿਕਿਉਰਿਟੀ ਰੂਮ 'ਚ ਰਿਪੋਰਟਿੰਗ ਫੋਰ ਡਿਊਟੀ ਅਤੇ ਹੁਣ ਇਹਨਾਂ ਨਾਲ ਗੱਲ ਕਰਦੇ ਹਾਂ ਔਰ ਕਲਾਇੰਟ ਹੈਜ਼ ਬੀਨ ਗੋਇੰਗ ਆਊਟ ਆਫ ਹਿਸ ਮਾਈਂਡ ਵੇਟਿੰਗ ਫੋਰ ਯੂ ਡੂ ਯੂ ਹੈਵ ਦ ਪੇਪਰਸ ਯੈਸ ਗੁੱਡ ਆਈਲ ਕਾਲ ਹਿਮ ਨਾਓ ਹਾਊ ਸ਼ੁਡ ਆਈ ਐਡਰੈਸ ਹਿਮ ਇਟਸ ਕਲਾਸੀਫਾਈਡ ਸੋ ਯੂ ਡੋਨਟ ਕਾਲ ਹਿਮ ਐਨੀਥਿੰਗ ਬੱਲੇ ਆਫੀਸ਼ੀਅਲੀ ਹੀ ਇਜ਼ ਜਸਟ ਨੋਨ ਐਜ਼ ਕੋਡ ਨੇਮ ਪਿੰਕੀ 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 ਮੋਗੇ ਵਾਲੀ ਆਊਗੀ ਬਾਈ ਹੁਣ ਮੈਨੂੰ ਲੱਗਦਾ ਕਰਦੇ ਫੋਨ ਆਪਾਂ ਵੇਟ ਕਰਨੀ ਇੱਥੇ ਜਿਹਦੀ ਸਿਕਿਉਰਿਟੀ ਦੇ ਆਪਾਂ ਉਹ ਬਹਾਨਾਗਾ ਦਿਸ ਇਜ਼ ਸਿਕਿਉਰਿਟੀ ਤੇ ਦੇਖਦੇ ਆ ਕੌਣ ਆ ਟੂ ਲੈਟ ਯੂ ਨੋ ਯੂਰ ਨਿਊ ਗਾਰਡ ਇਜ਼ ਫਾਈਨਲੀ ਅਰਾਈਵਡ ਕਾਰਨ ਲਈ ਲੱਗਦਾ ਬਾਈ ਮੈਨੂੰ ਜਿਹਨੂੰ ਆਪਾਂ ਮਾਰਨਾਗਾ ਐਲੀਮੀਨੇਟ ਕਾਰਨ ਲਈ ਲਿਖਿਆ ਗੈਟ ਆਊਟ ਆਫ ਮਾਈ ਫੇਸ ਕੀ ਹੋ ਗਿਆ ਓਕੇ ਵੇਟ ਹੇਅਰ ਹੀ ਵਿਲ ਬੀ ਹੇਅਰ ਸ਼ੋਰਟਲੀ ਵੈਲ ਦਿਸ ਇਜ਼ ਆਕਵਰਡ ਬੱਲੇ ਓਕੇ ਯੂ ਮਸਟ ਬੀ ਮਾਈ ਨਿਊ ਐਸਕੋਰਟ ਆ ਗਿਆ ਬਈ ਬੱਲੇ ਮੈਨੂੰ ਲੱਗਿਆ ਇਹਨੂੰ ਸ਼ੱਕ ਹੋ ਗਿਆ ਸੀ ਆ ਬੰਦਾ ਆਹੀ ਬੰਦਾ ਨਾ ਉਹ ਬੱਲੇ ਆਹੀ ਬੰਦਾ ਬਈ ਇੰਟਾਈਟਲਡ ਐਂਡ ਅਰੋਗੈਂਟ ਲਿਟਲ ਵਰਲਡ ਯੂ ਮਾਈਟ ਨਾਟ ਇਹਨੂੰ ਆਪਾਂ ਆਪਣਾ ਕੰਟਰੈਕਟ ਦੇ ਦਈਏ ਬਟ ਹੀ ਹਸ ਡਨ ਮੋਰ ਡੈਮੇਜ ਟੂ ਦ ਵਰਲਡ ਥੈਨ ਯੂ ਕੁਡ ਡ੍ਰੀਮ ਬੱਲੇ ਤੇ ਲਓ ਵੀ ਮੁੰਡੇ ਹੁਣ ਜੇ ਤੁਹਾਨੂੰ ਸਮਝ ਲੱਗੀ ਆ ਮਤਲਬ ਆਹ ਬੰਦੇ ਨੂੰ ਆਪਾਂ ਮਾਰਨਾ ਤੇ ਇਹ ਬੰਦੇ ਦੀ ਆਪਣਾ ਨੂੰ ਉਹ ਕੀਤਾ ਆਪਾਂ ਸਕਿਉਰਿਟੀ ਗਾਰਡ ਬਣਨਾ ਇਹਦਾ ਆਪਾਂ ਲੱਗੀ ਸਮਝ ਓਕੇ ਤੈਨੂੰ ਲੋਕ ਕੇ ਮਾਰਨਾ ਆਪਾਂ ਵੈਰੀ ਗੁੱਡ ਕਮ ਆਨ ਲੈਟਸ ਵਾਕ ਓਕੇ ਚੱਲ ਆ ਜਾ ਟੂ ਟੈਲ ਯੂ ਅ ਬਿਟ ਅਬਾਊਟ ਵਾਟ ਆਈ ਐਕਸਪੈਕਟ ਫਰਮ ਯੂ ਹਥਿਆਰ ਆਪਣੇ ਕੋਲ ਹੈਗੇ ਓਕੇ ਬੈਚ ਹੀ ਪਾ ਲਓ ਬੱਲੇ ਇਹ ਤਾਂ ਸੌਖਾ ਹੀ ਹੋ ਗਿਆ ਕੰਮ ਓਕੇ ਆਈ ਐਕਸਪੈਕਟ ਯੂ ਟੂ ਬੀ ਬੱਲੇ ਉਹ ਵੀ ਆਉਂਦਾ ਪਿੱਛੇ 24/7 ਅਨਲੈਸ ਆਈ ਸੇ ਅਦਰਵਾਈਜ਼ ਬਾਥਰੂਮ ਬ੍ਰੇਕਸ ਆਰ ਆਫ ਕੋਰਸ ਬਾਈ ਬਟ ਓਨਲੀ ਵੈਨ ਆਈ ਰੋਕ ਜੋ ਮੈਨੂੰ ਨਾ ਸਿਲੈਕਟ ਕਰਨ ਦੋ ਇਹਦੀ ਧੌਣ ਤੋੜ ਦੇਣੀ ਆਪਾਂ ਓਏ ਤੈਨੂੰ ਕਿੱਧਰ ਆਈ ਆ ਨਾ ਤੂੰ ਰੋਕ ਉੱਥੇ ਬਾਈ ਇਹਦੇ ਬੋਡੀਗਾਰਡ ਨੂੰ ਮਾਰਨਾ ਆਪਾਂ ਪਹਿਲਾਂ ਇਹਨੂੰ ਮਾਰ ਦੇ ਪਹਿਲਾਂ ਗੁੱਡ ਯੂ ਆਰ ਪੇਡ ਟੂ ਪ੍ਰੋਟੈਕਟ ਮੀ ਨਾਟ ਵੰਡਰ ਆਫ ਅੰਡਰਸਟੂਡ ਹੈਲਪ ਮੀ ਆ ਤੇਰਾ ਜਲਵਾ ਜੀਸਸ ਨੋ ਯੂ ਗਾਟ ਹਿਮ 47 ਮਾਰਕਸ ਸਟਾਈਵਸਨਟ ਵੋਂਟ ਬੀ ਅ ਪ੍ਰੋਬਲਮ ਐਨੀਮੋਰ Let's move on to Carl Ingram. We're not done yet. Oh bhai pata lag gaya yaar. Pata lag gaya yaar. Ya yaar apna mission bhai dooju ho gaya. Par rok jao. 100 ਪਰ ਇਹਨਾਂ ਨੂੰ ਪਤਾ ਲੱਗ ਗਿਆ ਯਾਰ ਆਪਣੇ ਫੇਸ ਦਾ ਹਾਂ ਖੜੇ ਆ ਬਾਹਰ ਹੀ ਖੜੇ ਆ ਕਿਹੜਾ ਮਾਮਲਾ ਠੰਡਾ ਜਿਹਾ ਹੋ ਜਾਏ ਨਾ ਫਿਰ ਆਪਾਂ ਜਾਂਦੇ ਹਾਂ ਬਾਹਰ ਯਾਰ ਇੱਦਾਂ ਹੋ ਜਾਂਦਾ ਬਾਈ ਇਹ 'ਚ ਚੱਕਰ ਫਿਰ ਸ਼ੁਰੂ ਤੋਂ ਪਲੈਨਿੰਗ ਕਰਨੀ ਪੈਂਦੀ ਹੈ
पर हुण वेट करदा मैं देखदा किन्ना टाइम आपां इत्थे लुकणागा जे हटदे आ कि नहीं है। यार मैनू लग्या सी कि उहदा मूंह उधर नूं होऊगा, उहनूं नहीं पता लगना, पर उहनूं पता लग गया यार वड्डे बंदे नूं जिहनूं आपां मारना सी। पहला आपां उहदा बॉडीगार्ड चकना सी, बाद चो फिर आपां उहनूं चकना सी। लगी समझ भाई? कॉम्प्रोमाइज्ड। बल्ले बल्ले मामला ठंडा हो गया लगदा। आपां उहदे विच लुके आ, तुहानूं वी पता संदूक जिहे विच। इधर वेखो आ जांदे पए बॉडीगार्ड वा, इहनां नूं चले जाण दो सारिआं नूं, फिर आपां जांदे आ बाहर। इह चक्कर हो जांदा बई इह गेम दा, बड़ियां कलोलां हुंदियां इह च। मतलब पूरा आए नहीं कि मार के तुसीं भाजो किसे पासे, पूरी अपने दिमाग नाल करनी पैंदी है यार। चले गए भाई सारे। हुण मैनूं इह नहीं समझ लगदी मैं बाहर जा सकदा कि नहीं। आ फिरदा यार बॉडीगार्ड, पिस्तौल उहदे हाथ च फड़िया। किधर फस गए दीपिया, किधर फस गए? कार्ल रह गया हुण। कार्ल किधर फिरदा जिहनूं आपां इक इक नूं होर मारना? ओह उपर लगदा मैनूं। देखते हैं भाई, हौली हौली बाहर जाने जे इन्हां नूं नहीं पता लग्या। नहीं पता लग्या ना, वेस्ट नहीं करना कुछ। मैनूं लगदा नहीं पता लग्या। कईआं नूं शक हैगा पर अपने दे भाई, कई बंदिआं नूं शक हैगा अपने ते। पर आ तुहानूं उन्ना टाइम आपां शेख दिखाउंदे आ इत्थे वड्डे वड्डे बंदे। इधर देखो भाई, किसे नूं बुलाईए तां इस तों चंगे ही आपां, किसे नूं नहीं बुलाउणा। हुण आपां जाणा भाई अपने दूजे टारगेट ते। ओह फिरदा उपर, दिखदा तुहानूं? पर इहदा मामला मैनूं गड़बड़ जिहा हो गया लगदा सी, पर चलो हो तां गया, कोई चक्कर नहीं। ते हुण आपां जाणे आ इह किधर। कुछ ना कहे सानू कोई, इत्थे बड़ी खतरनाक गेम आ बई। देखण नूं इदां लगदी आ किदां मतलब मार दो जाके सीधा, पर इदां नहीं कर सकदे। इच आपां उपर जाणा यार, छत ते कोई जगाड़मेंट लभना पैणा। इह आपां किधर आ गए? उपर ही आ। बल्ले आपणे नूं कुछ कहिंदे तां नहीं? नहीं। एक्स एक्स किथे आ? ओके इन्हां दे सामने जे छाल मारती फिर इन्हां नूं शक हो जाणा भाई इधर दी, क्योंकि इत्थे ओ हो हो बॉडीगार्ड भी खड़ा इत्थे। आ परली बारी राही जाने आपां। पता तां नहीं लगदा थल्ले थल्ले बंदे खड़े आली। ओ हेलो, शुक्र करो भाई उहदा फोन आ गया। लॉकडाउन ड्रिल टुमारो, दैट्स राइट 900 आवर्स एंड द की। हुण इहदी वेट करनी आपां यार। इहदा भाई मैं पहला मिशन आ इहदा जिहड़ा मैं कराउण लग्गिआ वाला, ते हजे होर वी उहदे बहुत मिशन आ। मतलब मिशन नहीं, इहदी स्टोरी कह लो तुसीं इहदा। ते इस टाइम आपां दुबई च आं, अपना आही मिशन इही मिशन इन्ना औखा, बाकी तां तुहानूं पता ही आ। ਹੁਣ ਆਪਾਂ ਆਹ ਬੰਦੇ ਨੂੰ ਮਾਰ ਕੇ ਠੀਕ ਆਹ ਬੰਦੇ ਨੂੰ ਮਾਰ ਕੇ ਬਾਈ ਇਹਦੇ ਕੱਪੜੇ ਪਾਉਣੇ, ਕਿਉਂਕਿ ਉੱਪਰ ਸਿਕਿਉਰਿਟੀ ਦੇ ਕੱਪੜੇ ਹੋਰ ਆ। ਉਹ ਤਾਂ ਮੈਨੂੰ ਨਾ ਤਾਰ ਜੀ ਸਿਲੈਕਟ ਕਰ ਲੈਂਦੇ ਆਹ ਨੇ। ਓਕੇ ਆ ਜਾ ਇੱਧਰ ਆ ਜਾ। बॉडी चको
आ बारी च रख दो भाई। तुहानू इत्थे कुछ पता लग्या? आ जिहड़ा बंदा ये सुत्ता पिया, बंदा साढ़े हुंदे सुत्ता पिया सी। आ जा इधर, आ जा इधर, आ जा। इहनू भी आपां बारी च रख देना, शुक्र करो आ सुत्ता पिया सी, नहीं तो फिर काम औखा सी। पर लो भाई अपना हुण मेन दो तीन काम जे हो गए जिहड़े आपां इहदी गन चकनी सी। AK-47 कित्थे? आ की आ एफ, ओके आ भी गन घेंट आ, इहनू फिलहाल विच पा लो हजे। आ पई AK-47, ओके लो भाई हुण मुंडे पता लग्या कुछ तुहानू। इधर देखो जिहड़ी थल्लड़ली फ्लोर सी, जिहड़ा थल्लड़ दा बंदा मारिया सी उहदी सिक्योरिटी चिट्टी सी, ते इहदी आ बंदे दी जिथे हुण आपां फिरदे आ उपरली फ्लोर ते, जिहड़ा बंदा आपां चक्कणा किधर फिरदा है ਹੋ ਰਿਹਾ। ਇਹਦੀ ਸਿਕਿਉਰਟੀ ਇਹੋ ਜਿਹੇ ਕੱਪੜਿਆਂ ਦੀ ਆ, ਸੋ ਆਪਾਂ ਹੁਣ ਇਹੋ ਜਿਹੇ ਕੱਪੜੇ ਪਾ ਲਏ, ਹੁਣ ਇਹਨਾਂ ਨੂੰ ਆਪਣੇ 'ਤੇ ਸ਼ੱਕ ਨਹੀਂ ਹੋਣਾ, ਅਤੇ ਜਾਂਦੇ ਹਾਂ ਉੱਪਰਲੇ ਦਾ ਹੁਣ ਕੰਡਾ ਕੱਢਣ। AK-47 ਆਪਣੇ ਹੱਥ 'ਚ ਫੜੀ ਆ, ਇਹਨੂੰ ਸ਼ੱਕ ਹੁੰਦਾ, ਇਹਨੂੰ ਸ਼ੱਕ ਹੁੰਦਾ ਆਪਣੇ 'ਤੇ, ਜਦੋਂ ਇੱਦਾਂ ਜੇ ਹੋਵੇ ਨਾ ਬੰਦੇ ਨੂੰ ਸ਼ੱਕ ਹੁੰਦਾ ਹੁੰਦਾ। ਅਤੇ ਮੈਂ ਹੁਣ ਸੋਚਦਾ ਉਹਨੂੰ ਝੁਰਲੂ ਨੂੰ ਸ਼ੱਕ ਹੁੰਦਾ ਸਾਡੇ 'ਤੇ, ਉਹਨੂੰ ਜਾਣ ਦਿਓ ਯਾਰ ਉੱਧਰ। ਇਹ ਭਾਈ ਇੱਦਾਂ ਹੀ ਪਿਆਰ ਨਾਲ ਖੇਡਣ ਵਾਲੀ ਗੇਮ ਆ, ਮਤਲਬ ਦਿਮਾਗ ਨਾਲ। ਇਹਨੂੰ ਤੁਹਾਨੂੰ ਝੁਰਲੂ ਨੂੰ ਸ਼ੱਕ ਹੁੰਦਾ ਆਪਣੇ 'ਤੇ। ਨਹੀਂ ਨਹੀਂ ਭਾਈ ਕੀ ਹੋ ਗਿਆ? ਪਤਾ ਲੱਗਿਆ ਕਿਸੇ ਨੂੰ ਕੁਛ? ਝੁਰਲੂ ਉਹ ਬੈਠਾ ਹੈ। ਉਹ ਮੁੰਡਾ ਪਿੱਛੇ ਤਾਂ ਨਹੀਂ ਪਿਆ ਸੀ ਆਪਣੇ? ਆ ਰਿਹਾ ਭਾਈ, ਇਹਨੂੰ ਇੱਦਾਂ ਨਹੀਂ ਮਾਰ ਸਕਦੇ। ਕੱਪ 'ਚ ਜ਼ਹਿਰ ਮਿਲਾ ਦੇਣੀ ਸੀ, ਉਹਨੇ ਪਾਣੀ ਪੀਣਾ ਸੀ। ਆ ਰਿਹਾ ਬਾਈ ਉਹ ਬੰਦਾ, ਕਿੱਧਰ ਜਾਂਦਾ ਇਹ ਹੁਣ? ਇੱਦਾਂ ਨਹੀਂ ਮਾਰ ਸਕਦੇ ਕਿਉਂਕਿ ਸਿਕਿਉਰਿਟੀ ਗਾਰਡ ਦੇਖੋ ਕਿੰਨੇ ਫਿਰਦੇ ਇਹਦੇ ਆਲੇ ਦੁਆਲੇ। ਇੱਕ ਦੋ ਤਿੰਨ, ਸਾਲਾ ਚੱਲਾ ਕਿੱਧਰ ਯਾਰ? ਪਾਸੇ ਰਹਿ ਤੂੰ, ਮਰ ਜਾਏਗਾ ਤੂੰ। ਕਿੱਧਰ ਗਿਆ ਬਾਈ? ਭੱਜੋ 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 ਭੱਜੋ, ਸ਼ੱਕ ਬੜਾ ਕਰਦੇ ਬਾਈ ਆਪਣੇ ਬੰਦੇ 'ਤੇ ਇੱਦਾਂ ਕਿਉਂ? ਇੱਥੇ ਲੋਕ ਜਾਓ ਦੋ ਮਿੰਟ। ਬਾਈ ਜਿਹਨੇ ਇਹ ਗੇਮ ਖੇਡੀ ਆ ਮੈਨੂੰ ਕਮੈਂਟ ਜ਼ਰੂਰ ਕਰਿਓ, ਅਤੇ ਉਹਨੇ ਆਪਣੇ ਦਿਮਾਗ ਨਾਲ ਕਿੱਦਾਂ ਕਰਾਇਆ ਸੀ ਇਹ ਮਿਸ਼ਨ, ਇਹ ਵੀ ਮੈਨੂੰ ਜ਼ਰੂਰ ਦੱਸਿਓ। ਪਰ ਬਾਈ ਮੇਥੋਂ ਤਾਂ ਬਾਈ ਔਖਾ ਹੀ ਆ ਫਿਲਹਾਲ, ਬੰਦਾ ਹੋ ਰਿਹਾ ਅਤੇ ਆ ਝੁਰਲੂ ਨੂੰ ਸ਼ੱਕ ਆਪਣੇ 'ਤੇ ਆਲੇ ਨੂੰ। ਇੱਧਰ ਵੀ ਫਿਰਦਾ ਇੱਕ ਕਲਾ ਨੂੰ, ਬਚ ਕੇ ਬਚ ਕੇ ਬਚ ਕੇ। ਇੱਦਾਂ ਕਰਦੇ ਹਾਂ, ਖੜਾ ਹੈ ਖੜਾ 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 ਬੱਲੇ, ਉਹ ਖੜਾ ਕੁਛ ਨਹੀਂ ਕੁਛ ਨਹੀਂ ਯਾਰ, ਬੰਦੇ ਹੀ ਹਾਂ ਅਸੀਂ ਵੀ ਤੁਹਾਡੇ ਵਰਗੇ, ਸਾਨੂੰ ਫੜ ਲੈਂਦੇ ਹਰੇਕ ਪਾਸਿਓ। ਕਮਾਲ ਦੀ ਗੱਲ ਕਰੀ ਜਾਂਦਾ ਯਾਰ ਉਹ ਬਾਈ। ਹੇ ਹੂ ਆਰ ਯੂ? ਏਲੀਅਨ ਆ ਅਸੀਂ, ਕਰ ਲਓ ਜੋ ਕਰਨਾ ਕੁਛ, ਸਾਨੂੰ ਬੰਦਾ ਮਾਰਨ ਦਿਓ ਅਤੇ ਸਾਡਾ ਕੰਮ ਕਰਨ ਦਿਓ ਯਾਰ। ਹੋ ਰਿਹਾ ਸਪਰੈਸਰ ਵਾਲਾ ਪਿਸਟਲ ਹੱਥ 'ਚ ਫੜਦੇ ਹਾਂ।
to schools that his parents couldn't afford, and everyone believed that it was due to his brilliance. We got him, 47. Soon there will be no more Providence. You need to find an exit. Our business is done here, but it's far from over. ਬੱਲੇ ਬਈ ਪਤਾ ਲੱਗਿਆ ਕੁਛ ਕਿਸੇ ਨੂੰ ਇਹਨੂੰ ਕਹਿੰਦੇ ਆ ਦਿਮਾਗ ਇੱਥੇ ਉਹ ਭਾਲਦੇ ਪਏ ਆ ਹੁਣ ਆਪਾਂ ਨਿਕਲਣਾ ਹੀ ਆਪਾਂ ਦੋ ਬੰਦੇ ਚੱਕਤੇ ਹੁਣ ਆਪਾਂ ਬਿਲਡਿੰਗ 'ਚੋਂ ਬਾਹਰ ਨਿਕਲਣਾ ਪਰ ਆਹ ਤਰੀਕਾ ਕਿੱਦਾਂ ਸੀ ਮੇਰਾ ਯਾਰ ਆਹ ਬੋਡੀਗਾਰਡ ਇੱਥੇ ਖੜ੍ਹੇ ਆ ਹੁਣ ਦੋ ਬੰਦੇ ਫਿਰਦੇ ਹੁੰਦੇ ਦੋ ਬੋਡੀਗਾਰਡ ਬੱਲੇ ਲੱਭਦੇ ਪਏ ਆਪਣਿਆਂ ਨੂੰ ਦੋ ਕੁ ਮਿੰਟ ਜਿੰਨਾ ਟਾਈਮ ਬਾਈ ਮਾਹੌਲ ਠੰਡਾ ਨਹੀਂ ਹੁੰਦਾ ਉਨਾ ਟਾਈਮ ਆਪਾਂ ਇੱਥੋਂ ਜਾਣਾ ਨਹੀਂ ਕਿਤੇ ਵੀ ਦਿਖਦੇ ਤੁਹਾਨੂੰ ਸ਼ਰੇਆਮ ਠੋਕਿਆ ਮੁੰਡੇ ਸ਼ਰੇਆਮ ਠੋਕਿਆ ਹਾਏ 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 ਨਹੀਂ ਰੀਸਾਂ ਦੀ ਪਿਆ ਆਏ ਨਹੀਂ ਕਿ ਕੋਈ ਪਲੈਨ ਪਲੂਨ ਬਣਾ ਕੇ ਪਰ ਸ਼ਰੇਆਮ ਠੋਕਿਆ ਆਪਾਂ ਸ਼ਰੇਆਮ ਉਹ ਦੇਖੋ ਉਹਦੀ ਬੋਡੀ ਨੂੰ ਕੀ ਕਰੀ ਜਾਂਦੇ ਹਨ ਓਕੇ ਚੱਲੀਏ ਬਾਈ ਲੈ ਕੇ ਰੱਬ ਦਾ ਨਾਂ ਲੈ ਜਾਓ ਲੈ ਜਾਓ ਕਿੱਧਰ ਦੀ ਨਿਕਲਣਾ ਬਾਹਰ ਹੋਇਆ ਪਿਆ ਯਾਰ ਮੈਨੂੰ ਓਏ ਹੋਏ ਹੋਏ ਕਿੱਧਰ ਕਿੱਧਰ ਆ ਗਿਆ ਆਹੀ ਆ ਰਸਤਾ ਇਹਨੂੰ ਸ਼ੱਕ ਨਾ ਹੋਵੇ ਆਪਣੇ 'ਤੇ ਬੱਲੇ ਐਗਜ਼ਿਟ ਹੋ ਰਿਹਾ ਬਾਈ 70 ਮੀਟਰ 'ਤੇ ਲਓ ਵੀ ਮੁੰਡਾ ਅਤੇ ਜਦੋਂ ਤੁਸੀਂ ਬਾਈ ਇਹ ਆਪਣਾ ਜੇ ਕਿਸੇ ਨੇ ਖੇਡੀ ਵਾਲੀ ਗੇਮ ਤਾਂ ਜੇ ਤੁਸੀਂ ਇਹ ਮਿਸ਼ਨ ਕਰਾਇਆ ਸੀ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਈ ਤੁਸੀਂ ਕਿੱਦਾਂ ਕਰਾਇਆ ਸੀ ਇਹ ਮਿਸ਼ਨ ਓਏ ਕਿਹਨੂੰ ਸ਼ੱਕ ਹੋ ਗਿਆ ਟੋਇਲਟ ਇੱਧਰ ਤਾਂ ਉੱਥੇ ਜਾਣਾ ਯਾਰ ਆਪਾਂ ਆਹ ਝੋਰਨੂ ਨੂੰ ਸ਼ੱਕ ਹੁੰਦਾ ਆਪਣੇ 'ਤੇ ਭੱਜ ਭੱਜ ਦੀ ਪਰ ਰੁਕੀ ਨਾ ਹੁਣ ਵੀ ਜਿਹੜਾ ਕੰਮ ਆਪਾਂ ਬਾਈ ਕਰਨਾ ਸੀ ਤਾਂ ਉਹ ਕਰਤਾ ਯਾਰ ਆਏ ਕਿੱਧਰ ਦੀ ਸੀ ਇੱਕ ਮੈਨੂੰ ਇਹ ਨਹੀਂ ਪਤਾ ਲੱਗਦਾ ਪਿਆ ਯਾਰ ਹੁਣ ਐਵੇਂ ਤੁਹਾਨੂੰ ਕਹਿਦਾ ਬਾਈ ਉਹ ਰਿਹਾ ਕੋਈ ਪੌੜੀ ਜਾਂਦੀ ਪਈ ਉਹ ਪੌੜੀ ਤਾਂ ਨਹੀਂ ਸਹੀ ਇੱਥੇ ਉਹਨੂੰ ਸ਼ੱਕ ਹੋ ਜਾਣਾ ਅਪ ਸਟੇਅਰ ਸੀ ਨਾ ਬਾਈ ਉਹ ਨਹੀਂ ਅਸੀਂ ਸਟੇ ਬੈਕ ਕਰਨਾ ਬਾਈ ਉਹ ਰੇ ਬਾਈ ਉੱਧਰ ਹੀ ਜਾਣਾ ਆਪਾਂ ਆਹ ਦੇਖੋ ਮੁੰਡੋ ਤੁਸੀਂ ਆਹ ਦੇਖੋ ਗ੍ਰਾਫਿਕਸ ਦੇਖੋ ਗੇਮ ਦੇ ਓਏ ਮੈਨੂੰ ਲੱਗਦਾ ਆਪਾਂ ਪਹੁੰਚ ਚੁੱਕੇ ਹਾਂ ਉਹ ਬੱਲੇ ਜੀ ਯੈਸ ਓਏ ਹੋਏ ਹੋਏ ਸਿਰਾ ਮੁੰਡੋ ਮੈਂ ਕਾਫੀ ਯੂਟਿਊਬ ਮੈਂ ਬਾਈ ਜਿੱਦਾਂ ਤੁਸੀਂ ਦੇਖਿਆ ਆਪਣਾ ਮਿਸ਼ਨ ਹੋ ਗਿਆ ਅਤੇ ਮੈਂ ਕਾਫੀ ਯੂਟਿਊਬ 'ਤੇ ਵੀਡੀਓ ਦੇਖੀਆਂ ਸੀ ਉਹਨਾਂ ਨੇ ਬੜੇ ਮਤਲਬ ਆਪਣੇ ਤਰੀਕਿਆਂ ਨਾਲ ਕਰਾਇਆ ਇਹ ਮਿਸ਼ਨ ਅਤੇ ਜਿੱਦਾਂ ਆਪਾਂ ਕਰਾਇਆ ਇਹ ਵੀ ਇੱਕ ਤਰੀਕਾ ਹੀ ਕਹਿ ਲਓ ਤੁਸੀਂ ਜਾਂ ਜੋ ਮਰਜ਼ੀ ਕਹਿ ਲਓ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਤੁਹਾਨੂੰ ਕੀ ਕਹਿੰਦੇ ਹੁੰਦੇ ਆਪਣਾ ਜੇ ਤੁਸੀਂ ਵੀ ਆਹ ਮਿਸ਼ਨ ਕਰਾਇਆ ਤਾਂ ਬਾਈ ਤੁਸੀਂ ਵੀ ਆਪਣਾ ਆਪਣਾ ਤਰੀਕਾ ਜ਼ਰੂਰ ਲੈ ਕੇ ਦੱਸਿਓ ਮੈਨੂੰ ਅਤੇ ਵੈਸੇ ਆਹ ਗੇਮ ਦਾ ਨਾਂ ਹੈਗਾ ਹਿੱਟਮੈਨ 3 ਬਾਈ ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਅੱਜ ਦੀ ਗੇਮ ਪਲੇ ਅਤੇ ਇਹਦਾ ਲੈ ਕੇ ਆਵਾਂਗੇ ਆਪਾਂ ਹੋਰ ਐਪੀਸੋਡ ਕਿਉਂਕਿ ਸਾਨੂੰ ਵੀ ਮਜ਼ਾ ਆਇਆ ਬਾਈ ਖੇਡ ਕੇ ਅਤੇ ਮਿਲਦੇ ਹਾਂ ਫਿਰ ਆਪਾਂ ਬਾਈ ਅਗਲੀ ਵੀਡੀਓ ਵਿੱਚ ਤਦ ਤੱਕ ਵਾਲੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਆਪਣੇ ਯਾਰਾਂ ਦੋਸਤਾਂ ਵਿੱਚ ਅਤੇ ਮਿਲਦੇ ਹਾਂ ਬਾਈ ਆਪਾਂ ਫਿਰ ਅਗਲੀ ਵੀਡੀਓ ਵਿੱਚ ਖਿਆਲ ਰੱਖਿਓ ਸਾਰਿਆਂ ਨੇ ਆਪਣਾ ਰੱਬ ਰੱਖਾ ਜੀ